ਪੰਜਾਬ ਦੇ ਕਿਸਾਨ, ਜਿਸ ਵਿੱਚ ਮੁੱਖ ਤੌਰ 'ਤੇ ਮਾਝਾ ਅਤੇ ਦੁਆਬਾ ਇਲਾਕੇ ਦੇ ਕਿਸਾਨਾਂ ਨੇ ਇੱਕਜੁੱਟ ਹੋ ਕੇ ਪਗੜੀ ਸੰਭਾਲ ਜੱਟਾ ਲਹਿਰ ਦੇ ਤਹਿਤ ਕਿਸਾਨਾਂ ਦੀ ਗੰਨੇ ਦੀ ਫਸਲ 'ਤੇ ਬਕਾਇਆ ਰਕਮ ਨਾ ਮਿਲਣ ਅਤੇ ਫਸਲ ਵੇਚਣ ਵਿੱਚ ਕਿਸਾਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਵਿੱਚ ਅਕਾਲੀ ਦਲ ਦੀ ਸਦਭਾਵਨਾ ਰੈਲੀ ਵੇਲੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਸ ਦਿਨ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ। ਬੇਸ਼ੱਕ ਕੁਝ ਕਿਸਾਨਾਂ ਨੂੰ ਅੱਜ ਪੇਸ਼ੀ ਦੌਰਾਨ ਕੁਝ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ, ਪਰ ਬਾਕੀ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਜੇਲ੍ਹ 'ਚ ਹੀ ਅੰਦੋਲਨ ਕਰਨਗੇ। ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸਿਟੀ ਵਿੱਚ ਰੋਸ ਮਾਰਚ ਨਿਕਾਲਿਆ ਗਿਆ ਤੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ। ਸਾਰਾ ਕਿਸਾਨ ਆਗੂ ਜੇਲ੍ਹ 'ਚ ਸੁੱਟ ਦਿੱਤੇ ਸੀ, ਉਹਦੇ ਵਿੱਚੋਂ ਸਰਕਾਰ ਅੱਗੇ ਅਸੀਂ ਮੰਗ ਰੱਖੀ ਸੀ ਕਿ ਸਾਰੇ ਕਿਸਾਨ ਆਗੂਆਂ ਨੂੰ ਬਿਨਾਂ ਸੱਤ ਰਿਹਾਅ ਕੀਤਾ ਜਾਏ, ਜਿਹਦੇ ਵਿੱਚ ਬਾਕੀ ਸਾਰੇ ਆਗੂ ਬਿਨਾਂ ਸੱਤ ਰਿਹਾਅ ਕੀਤੇ ਗਏ ਨੇ। ਇੱਕ ਆਗੂ ਸਾਡਾ ਕਮਲਪ੍ਰੀਤ ਸਿੰਘ ਜੀ ਕਾਗਜ਼ ਜੋ ਪਗੜੀ ਸੰਭਾਲ ਦਾ ਕਮਿਸ਼ਨਰ ਆ, ਉਹਦੇ ਉੱਤੇ ਇਹਨਾਂ ਨੇ ਰੇਲਵੇ ਦਾ ਪਰਚਾ ਪਾ ਕੇ ਬੱਚਾ ਭੇਜ ਦਿੱਤਾ। ਉਸਦੀ ਵੀ ਅਸੀਂ ਬਿਨਾਂ ਸੱਤ ਰਿਹਾਈ ਮੰਗ ਰਹੇ ਹਾਂ। ਜੇ ਕਿਸਾਨ ਨੇ ਜਿੰਨਾ ਕੁ ਸਰਕਾਰ ਨੇ ਉਹਦੀ ਰਿਹਾਈ ਨਾ ਕੀਤੀ, ਕਿਸਾਨਾਂ ਦਾ ਸੰਘਰਸ਼ ਚੱਲਣਾ ਜਾਰੀ ਰਹੇਗਾ। ਸਾਡੀਆਂ ਸਰਕਾਰ ਕੋਲੋਂ ਦੋ ਮੰਗਾਂ ਸਨ, ਇੱਕ 238 ਦੀ ਤੇ ਇੱਕ ਕਿਸਾਨਾਂ ਦੇ ਪਿਛਲੇ ਬਕਾਏ ਦੀ। ਸਾਨੂੰ ਲੱਗਦਾ ਕਿ ਇਹ ਦੋਨੋਂ ਮੰਗਾਂ ਮੰਨੀਆਂ ਗਈਆਂ ਨੇ। ਜਿਹੜੀ ਬਾਸਮਤੀ ਦੀ 1500 ਤੇ ਜਿਹੜੀ ਕਿਸਾਨਾਂ ਨਾਲ ਲੁੱਟ ਹੋਈ ਆ, ਉਹ ਅੱਜ ਕਿਸਮ ਸਰਕਾਰ ਜਿਹੜੀ ਆ ਸਾਹੂਕਾਰਾਂ ਨੂੰ ਦੇ ਕੇ 2500 ਤੋਂ 3000 ਰੁਪਇਆ ਵੱਟ ਰਹੀ ਆ, ਤੇ ਜਿਹੜਾ ਕਿ ਕਿਸਾਨਾਂ ਨੂੰ 1200 ਤੋਂ 1300 ਉਹ ਸੰਬੰਧ ਦੇ ਵਿੱਚ ਰੈਲੀ ਰੱਖੀ ਗਈ ਆ। ਅਸੀਂ ਇਹ ਚਾਹੁੰਦੇ ਹਾਂ ਕਿ ਇਹਨਾਂ ਆਗੂਆਂ ਨੂੰ ਬਿਨਾਂ ਸੱਤ ਰਿਹਾਅ ਕੀਤਾ ਜਾਵੇ ਤੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ। ਜਿਹੜੇ ਸਾਡੇ 6 ਆਗੂ ਸਰਕਾਰ ਨੇ ਇਸ ਕਰਕੇ ਘਰੋਂ ਚੁੱਕ ਲਏ ਕਿ ਉਹ ਆਪਣੇ ਗੰਨੇ ਦੇ ਪੈਸੇ ਚਾਹੁੰਦੇ ਸਨ। ਕਮਲਪ੍ਰੀਤ ਸਰਕਾਰ ਜੀ ਸਾਡੇ ਪਗੜੀ ਸੰਭਾਲ ਉਹਨਾਂ ਦੇ ਨਾਲ 5 ਤਰੀਕ ਨੂੰ ਅਸੀਂ ਇਸੇ ਦਿੱਤਾ ਸੀ ਤੇ ਸਾਨੂੰ SSP ਤੇ DC ਸਾਹਿਬ ਨੇ ਜਿਹੜੇ ਤੁਹਾਡੇ ਸਾਥੀ ਕਾਕੀ ਦੇ ਨਾਲ ਜੇਲ੍ਹ ਦੇ ਵਿੱਚ ਅਸੀਂ 10 ਵਜੇ ਰਿਹਾ ਕਰਦੇ ਹਾਂ, ਆਪਣੇ ਸਾਥੀਆਂ ਨੂੰ ਲੈਣ ਆਏ ਤਾਂ 5 ਵਜੇ ਸਾਡੇ ਕਿਸਾਨ ਪਰ ਕਮਲ ਜਿਹੜਾ ਇਹਨਾਂ ਨੇ ਰਿਹਾ ਕੀਤਾ, ਇਸ ਕਰਕੇ ਮਜ਼ਬੂਰ ਸਾਨੂੰ ਅੱਜ ਇੱਥੇ ਫਿਰ ਤੇ ਸਾਡਾ ਇਹ ਧਰਨਾ ਜਾਰੀ ਰਹੇਗਾ। ਕਿਸਾਨ ਸੰਭਾਲ ਜੱਟਾ ਲੈ ਕਮਲ ਜਿਹੜਾ ਜਾਰੀ ਰਹੇਗਾ। ਗੁਰਦਾਸਪੁਰ ਤੋਂ ਸਾਹਿਬ ਦਿਆਲ ਦੀ ਰਿਪੋਰਟ।